ਵਾਸੀਆਂ ਲਈ ਇੱਕ ਚੰਗੀ ਖਬਰ ਹੈ ਕਿ ਆਦਮਪੁਰ ਏਅਰਪੋਰਟ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਜਾ ਸਕਦਾ ਹੈ। ਵੈਸੇ ਤਾਂ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਦੌੜ 'ਚ ਸ਼ਾਮਲ ਉਸ ਸਮੇਂ ਨਰਿੰਦਰ ਮੋਦੀ ਹੋਰੀ ਜਦੋਂ ਹੁਸ਼ਿਆਰਪੁਰ ਰੈਲੀ ਕਰਨ ਆਏ ਤਦ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਤਾਂ ਮੇਰੀ ਪਹਿਲ ਹੋਊਗੀ ਕਿ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾਵੇ। ਅਤੇ ਹੁਣ ਉਹ ਸਮਾਂ ਆ ਗਿਆ ਜੀ, ਕਹਿੰਦੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਵਾਲਾ ਇੱਕ ਪੱਤਰ ਲਿਖਿਆ। ਉਸ ਵਧਾਈ ਵਾਲੀ ਚਿੱਠੀ ਦੇ ਵਿੱਚ ਉਹਨਾਂ ਨੇ ਅਚੇਚਾ ਜ਼ਿਕਰ ਕੀਤਾ ਕਿ ਤੁਸੀਂ ਆਹ ਇੱਕ ਗੱਲ ਕਹੀ ਸੀਗੀ ਜੀ, ਉਸ ਨੂੰ ਹੁਣ ਪੂਰ ਚੜਾਓ। ਸੋ ਬਕਾਇਦਾ ਤੌਰ 'ਤੇ ਸੁਨੀਲ ਜਾਖੜ ਹੋਰਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਜੀ ਕਿ ਆਦਮਪੁਰ ਏਅਰਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ, ਇਸ ਨੂੰ ਅਮਲੀਜਾਮਾ ਪਹਿਨਾਇਆ ਜਾਵੇ ਇਸ ਨੂੰ, ਕਿਉਂਕਿ ਆਪਾਂ ਗੱਲ ਕਰਕੇ ਹਟਾਂਗੇ ਹੁਸ਼ਿਆਰਪੁਰ ਦੀ ਰੈਲੀ ਜਦੋਂ ਸੋਮ ਪ੍ਰਕਾਸ਼ ਦੀ ਧਰਮ ਪਤਨੀ ਦੇ ਲਈ ਵੋਟਾਂ ਮੰਗਣ ਆਏ ਸੀ ਨਰਿੰਦਰ ਮੋਦੀ ਹੋਰੀ, ਜਦ ਉਹਨਾਂ ਨੇ ਅਚੇਚਾ ਜ਼ਿਕਰ ਕੀਤਾ ਸੀ। ਅਤੇ ਇਸ ਚਿੱਠੀ ਦੇ ਵਿੱਚ ਬਕਾਇਦਾ ਤੌਰ 'ਤੇ ਸੁਨੀਲ ਜਾਖੜ ਨੇ ਇਹ ਵੀ ਲਿਖਿਆ ਕਿ ਆਦਮਪੁਰ ਏਅਰਪੋਰਟ ਦਾ ਨਾਮ ਜਿੱਥੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾਵੇ, ਉੱਥੇ ਹੀ ਤੁਗਲਕਾਬਾਦ 'ਚ ਗੁਰੂ ਰਵਿਦਾਸ ਜੀ ਦੇ ਮੰਦਰ ਦਾ ਪੁਨਰ ਨਿਰਮਾਣ ਕੀਤਾ ਜਾਵੇ ਅਤੇ ਉਹਦੇ ਆਲੇ ਦੁਆਲੇ ਚੁਗਿਰਦੇ ਦੇ ਵਿੱਚ ਇੱਕ ਬਹੁਤ ਸੋਹਣਾ ਬਗੀਚਾ ਬਣਾਇਆ ਜਾਵੇ, ਕਿਉਂਕਿ ਇਹਦੇ ਨਾਲ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਨੇ। ਸੋ ਇਹ ਪਹਿਲਕਦਮੀ ਹੈ ਜੀ, ਜੇਕਰ ਇੰਝ ਹੁੰਦਾ ਤਾਂ ਇੱਕ ਚੰਗੀ ਖਬਰ ਹੈ। ਚਲੋ।